ਨਵਜੋਤ ਸਿੰਘ ਸਿੱਧੂ ਨਾਲ ਆਖਰੀ ਵਾਰ ਗੱਲਬਾਤ ਕਦੋਂ ਹੋਈ ਸੀ? ਨਹੀਂ, 10 ਦਿਨ ਪਹਿਲਾਂ। ਪੰਜਾਬ ਦਾ ਸੀਐਮ ਦਲਿਤ ਹੋਣਾ ਚਾਹੀਦਾ ਹੈ? ਬੰਨਾ ਚਾਹੀਦਾ। ਸੀਐਮ ਫੇਸ ਡਾਕਟਰ ਵੇਰਕਾ ਹੋਣਗੇ? ਡਾਕਟਰ ਵੇਰਕਾ ਤਿਆਰ ਹੈ? ਮੇਰਾ ਦਿਮਾਗ ਖਰਾਬ ਹੈ, ਮੈਂ ਤਿਆਰ ਨਹੀਂ ਹੈਗਾ, ਹੁਣੇ ਬਣਾ ਦਿਓ। ਮੈਂ ਹੁਣੇ ਬਣ ਜਾਊਗਾ, ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਤੁਹਾਨੂੰ ਬੰਦਾ ਹੱਕ ਨਹੀਂ ਮਿਲਣਾ ਹੁਣ ਤੱਕ ਕਾਂਗਰਸ ਪਾਰਟੀ ਦੇ ਵਿੱਚ? ਮਾਲੀ ਦਾ ਕੰਮ ਪਾਣੀ ਦੇਣਾ ਤੇ ਉਹ ਭਰ ਭਰ ਮਸ਼ਕਾਂ ਪਾਵੇ, ਮਾਲਿਕ ਦਾ ਕੰਮ ਫਲ ਫੁੱਲ ਲਾਣਾ ਹੋ ਲਾਵੇ ਜਾਂ ਨਾ ਲਾਵੇ। ਵੇਰਕਾ ਸਾਹਿਬ ਪੁੱਲ ਦਾ ਕੰਮ ਕਰਨਗੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਧੂ ਵਿਚਾਲੇ ਜਾਂ ਨਹੀਂ ਕਰ ਪਾ ਰਹੇ? ਅਸਲ ਕੰਮ ਧਾਗੇ ਦਾ ਹੁੰਦਾ ਜਿਹੜਾ ਜੋੜ ਕੇ ਰੱਖਦਾ, ਮੈਂ ਉਹ ਧਾਗਾ ਜਿਹੜਾ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰ ਬੇਬੀ ਤੇਰੇ ਚੈਨਲ ਤੇ ਕਹਿ ਕੇ ਜਾ ਰਿਹਾ ਅੱਜ ਮੈਂ। ਹਫ਼ਤੇ 10 ਦਿਨ ਦੇ ਅੰਦਰ ਮਸਲਾ ਜਿਹੜਾ ਹੈ ਆਲ ਇਟਸ ਗੱਲ ਹੋਏਗਾ। ਪੰਜਾਬ ਨੂੰ ਲਵਾਰਿਸ ਛੱਡ ਦਿੱਤਾ ਹੈ ਸਿਆਸਤ ਨੇ, ਤੁਸੀਂ ਸਾਰੇ ਆਪਦੀ ਲੜਾਈ ਵਿੱਚ ਪੈ ਗਏ। ਇਹ ਜ਼ਿਲ੍ਹਾ ਨਾ ਕਰ ਗਿਲਾ, ਦਰ ਤੁਝ ਪੇ ਗਮ ਕੀ ਰਾਤ ਹੈ, ਦਿਨ ਕਈ ਲੋਟ ਆਏਂਗੇ, ਬਸ 2-4 ਦਿਨ ਕੀ ਬਾਤ। ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇ ਪੀ ਸਿੰਘ, ਵਿਊ ਪੁਆਇੰਟ 'ਤੇ ਤੁਹਾਡਾ ਸਭ ਦਾ ਸਵਾਗਤ ਕਰਦਾ। ਹਰ ਹਫ਼ਤੇ ਕੋਈ ਨਾ ਕੋਈ ਸ਼ਖਸੀਅਤ ਸਾਡੇ ਨਾਲ ਮੌਜੂਦ ਹੁੰਦੀ ਹੈ ਜਿਹਨਾਂ ਤੋਂ ਅਸੀਂ ਮੌਜੂਦਾ ਹਾਲਾਤਾਂ ਬਾਰੇ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਲੈਂਦੇ ਹਾਂ। ਇਸ ਵਕਤ ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਪਿਆ ਹੋਇਆ, ਹਾਲਾਂਕਿ ਕਾਂਗਰਸ ਕਹਿੰਦੀ ਹੈ ਪਰਿਵਾਰਕ ਸਾਡਾ ਮੁੱਦਾ ਹੈਗਾ ਅਤੇ ਉਸਨੂੰ ਪਰਿਵਾਰ 'ਚ ਬੈਠ ਕੇ ਹੱਲ ਕਰ ਲਵਾਂਗੇ, ਪਰ ਹੁਣ ਲੜਾਈ ਹੈ ਜਿਹੜੀ ਸੋਸ਼ਲ ਮੀਡੀਆ ਤੋਂ ਮੀਡੀਆ ਦੇ ਕੈਮਰਿਆਂ ਤੱਕ ਆ ਚੁੱਕੀ ਹੈ ਅਤੇ ਅਸੀਂ ਇੱਕੋ ਸਵਾਲ ਪੁੱਛਾਂਗੇ ਇਸ ਵਿਊ ਪੁਆਇੰਟ ਦੇ ਵਿੱਚ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਹੋਣ ਕੇ, ਕਿਵੇਂ ਮੁੱਕੇਗਾ ਕਾਂਗਰਸ ਦਾ ਗ੍ਰਹਿ ਕਲੇਸ਼। ਅਤੇ ਇਸ ਵਕਤ ਡਾਕਟਰ ਰਾਜ ਕੁਮਾਰ ਵੇਰਕਾ ਜਿਹੜੇ ਕਿ ਵਿਧਾਇਕ ਨੇ ਅੰਮ੍ਰਿਤਸਰ ਪੱਛਮੀ ਤੋਂ ਅਤੇ ਕੈਬਨਿਟ ਰੈਂਕ ਇਹਨਾਂ ਨੂੰ ਹਾਸਲ ਹੈ, 3 ਵਾਰ ਇਹ ਵਿਧਾਇਕ ਚੁਣੇ ਜਾ ਚੁੱਕੇ ਹੈ। ਇਸ ਤੋਂ ਇਲਾਵਾ ਇਹ SC ST ਜਿਹੜਾ ਨੈਸ਼ਨਲ ਕਮਿਸ਼ਨ ਹੈ ਉਹਦੇ ਵਾਈਸ ਚੇਅਰਮੈਨ ਰਹੇ ਹੈ ਅਤੇ ਇਸ ਵਕਤ ਜਿਹੜਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਆ ਉਹਦੀ ਵੀ ਚੇਅਰਮੈਨ ਇਹਨਾਂ ਕੋਲ ਅਤੇ ਬਹੁਤ ਸਾਰੇ ਅਹੁਦੇ ਇਹਨਾਂ ਕੋਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਨੇੜਲੇ ਮੰਨੇ ਜਾਂਦੇ ਆ। ਡਾਕਟਰ ਰਾਜ ਕੁਮਾਰ ਵੇਰਕਾ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਬਹੁਤ ਧੰਨਵਾਦ ਤੁਹਾਡਾ, ਜਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਪਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਜੈ ਹਿੰਦ। ਡਾਕਟਰ ਸਾਹਿਬ, ਤੁਸੀਂ ਲਿਖਦੇ ਵੀ ਬਹੁਤ ਸੋਹਣਾ ਹੋ ਅਤੇ ਸ਼ਾਇਰੀ ਵੀ ਬੜੀ ਅੱਛੀ ਕਰਦੇ ਹੋ ਤੁਸੀਂ, ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਮੇਰੇ ਸਵਾਲਾਂ ਦਾ ਸਿੱਧੇ ਜਵਾਬ ਦੇ ਦਿਓਗੇ। ਮੈਂ ਸਿੱਧਾ ਸਵਾਲ 'ਤੇ ਆ ਰਿਹਾ, ਨਵਜੋਤ ਸਿੰਘ ਸਿੱਧੂ ਨਾਲ ਆਖਰੀ ਵਾਰ ਗੱਲਬਾਤ ਕਦੋਂ ਹੋਈ ਸੀ? ਆਖਰੀ ਵਾਰੀ ਗੱਲਬਾਤ ਹੁੰਦੀ ਰਹਿੰਦੀ ਹੈ ਮੇਰੀ, ਆਖਰੀ ਤੇ ਕਦੀ ਹੋਈ ਨਹੀਂ ਭਾਈ, ਕੰਟੀਨਿਊਟੀ ਕਵੋ, ਲਵੋ ਰੋਜ਼ ਰੋਜ਼ ਕਵੋ। ਅੱਜ ਤੋਂ 2 ਦਿਨ ਪਹਿਲਾਂ, ਅੱਜ ਤੋਂ 5 ਦਿਨ ਪਹਿਲਾਂ ਗੱਲਬਾਤ ਹੋਈ? ਨਹੀਂ, 10 ਦਿਨ ਪਹਿਲਾਂ। 10 ਦਿਨ ਪਹਿਲਾਂ ਗੱਲਬਾਤ ਹੋਈ, ਕੀ ਗੱਲਬਾਤ ਹੋਈ ਵਿਰਕਾ ਸਾਹਿਬ, ਦੱਸ ਸਕਦੇ ਹੋ? ਭਾਈ ਗੱਲਬਾਤ ਹੈ ਕਿ ਆਪੋ ਦੇ ਵਿੱਚ ਇਕੱਠੇ ਚਲੋ, ਰਲ ਮਿਲ ਕੇ ਚਲੋ, ਕਾਂਗਰਸ ਦੇ ਬਾਤ ਤੇ ਚਲੋ, ਮਨ ਮਟਾਵ ਆਪੋ ਚ ਹਟਾਓ, ਇਹੀ ਗੱਲ ਕਹਿਣੀ ਮੇਰਾ ਤੇ ਜੋ ਮੈਂ ਕਾਂਗਰਸ ਦਾ ਆਦਮੀ ਹੈ, ਮੇਰੀ ਡਿਊਟੀ ਬਣਦੀ ਹੈ ਕਿ ਸਭ ਲੋਕਾਂ ਨੂੰ ਕਾਂਗਰਸ ਨਾਲ ਜੋੜ ਕੇ ਰੱਖਣਾ ਔਰ ਕਾਂਗਰਸ ਵਾਸਤੇ ਹਾਜ਼ਰ ਨਾਰਾ ਮਾਰਨਾ, ਇਹ ਮੇਰਾ ਪ੍ਰਾਥਮਿਕਤਾ ਹੈ, ਪਹਿਲਾ ਫਰਜ਼ ਆ। ਚਿੱਠੀ ਤੁਸੀਂ ਉਸ ਤੋਂ ਬਾਅਦ ਲਿਖੀ ਹੈ ਸਿੱਧੂ ਸਾਹਿਬ ਨਾਲ ਗੱਲ ਕਰਕੇ ਕਿ ਚਿੱਠੀ ਪਹਿਲਾਂ ਲਿਖਤੀ ਸੀ? ਨਹੀਂ, ਜਿਹੜੀ ਚਿੱਠੀ ਹੈ ਉਹ ਚਿੱਠੀ ਮੀਡੀਆ ਦੇ ਵਿੱਚ ਕੁਛ ਹੋਰ ਆ, ਚਿੱਠੀ ਦਾ ਮਜਮੂਨ ਉਹ ਇਹ ਹੈ ਕਿ ਭਾਈ ਜਿਹੜੇ ਹਾਲਾਤ ਦੇ ਵਿੱਚੋਂ ਬਰਗਾੜੀ ਕਾਂਡ, ਬਾਈਬਲ ਕਲਾ ਕਾਂਡ ਨੂੰ ਲੈ ਕੇ ਇਹ ਗਲਤ ਫਹਿਮੀ ਜਿੱਥੇ ਪੰਜਾਬ ਦੇ ਲੋਕਾਂ 'ਚ ਹੈ, ਸਾਡੇ ਪੋਲੀਟੀਕਲ ਪਾਰਟੀ ਅਤੇ ਦੂਸਰੀਆਂ ਪਾਰਟੀਆਂ 'ਚ ਵੀ ਹੈ ਔਰ ਕਾਂਗਰਸ ਦੇ ਲੋਕ ਵੀ ਇਸ ਗੱਲ ਨੂੰ ਲੈ ਕੇ ਜਿਹੜੇ ਆ ਉਹ ਤਰ੍ਹਾਂ ਤਰ੍ਹਾਂ ਦੀਆਂ ਗਲਤ ਫਹਿਮੀਆਂ ਸ਼ਿਕਾਰ ਹੋਏ ਪਏ ਆ ਔਰ ਇਹਦੇ ਵਾਸਤੇ ਮੈਂ ਸੋਨੀਆ ਗਾਂਧੀ ਜੀ ਨੂੰ, ਰਾਹੁਲ ਗਾਂਧੀ ਜੀ ਨੂੰ ਇਹ ਬੇਨਤੀ ਕੀਤੀ ਸੀ ਕਿ ਭਾਈ ਜ਼ਰੂਰਤ ਅੱਜ ਇਸ ਗੱਲ ਦੀ ਹੈ ਕਿ ਸਭ ਲੋਕ ਚਾਹੁੰਦੇ ਆ ਕਿ ਬਰਗਾੜੀ ਕਾਂਡ, ਬਾਈਬਲ ਕਲਾ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ। ਇਹ ਹਰ ਕੋਈ ਚਾਹੁੰਦਾ ਹੈ ਕਿ ਜਿਹੜਾ ਜਨਰਲ ਡਾਇਰ ਜਿਹਦੇ ਕਹਿਣ ਦੇ ਉੱਪਰ ਬਾਈਬਲ ਕਲਾ ਦੇ ਵਿੱਚ ਗੋਲੀ ਕਾਂਡ ਹੋਇਆ ਉਹ ਜਨਰਲ ਡਾਇਰ ਦਾ ਪਤਾ ਲੱਗੇ ਔਰ ਇਹਦੇ ਵਾਸਤੇ ਬਹੁਤ ਜ਼ਰੂਰੀ ਇਹ ਬਣਦਾ ਹੈ ਕਿ ਆਪੋ 'ਚ ਮਿਲ ਬੈਠ ਕੇ ਬਈ ਇੱਕ ਦੂਸਰੇ ਨੂੰ ਇਨਫੋਰਮੇਸ਼ਨ ਸ਼ੇਅਰ ਕਰੋ, ਇੱਕ ਦੂਸਰੇ ਦੇ ਕੋਲੋਂ ਜੀ ਐਪ ਦਾ ਕਾਰਨ ਹੈ ਕਿ ਸਰਕਾਰ ਔਰ ਪਾਰਟੀ ਦਰਮਿਆਨ ਇਹ ਜਿਹੜਾ ਕਮਿਊਨੀਕੇਸ਼ਨ ਗੈਪ ਹੈ ਇਹ ਗੈਪ ਦੂਰ ਹੋਵੇ ਔਰ ਵਰਕਰ ਦੇ ਕੰਨਾਂ ਤੱਕ ਤੇ ਪੰਜਾਬ ਦੇ ਲੋਕਾਂ ਤੱਕ ਸਰਕਾਰ ਇਸ ਮਾਮਲੇ 'ਚ ਕੀ ਕਰ ਰਹੀ ਹੈ ਇਹਦੀ ਜਾਣਕਾਰੀ ਜਗਜਾਰ ਹੋਣੀ ਚਾਹੀਦੀ ਹੈ। ਵੇਰਕਾ ਸਾਹਿਬ, ਤੁਸੀਂ ਇਹ ਕਹਿੰਦੇ ਹੋ ਕੋਈ ਨਹੀਂ ਕਾਂਗਰਸ ਕੀ ਟੱਕਰ ਮੇ ਮਤ ਪੜਨਾ ਕਿਸੀ ਪਾਰਟੀ ਕੇ ਚੱਕਰ ਮੇ, ਸਰ ਇਹ ਕਿਹਦੇ ਲਈ ਕਹਿੰਦੇ ਹੋ ਤੁਸੀਂ? ਨਹੀਂ, ਉਹ ਮੈਂ ਕਿਹਾ ਕਿ ਕਾਂਗਰਸ ਕੀ ਕੋਈ ਨਹੀਂ ਹੈ ਟੱਕਰ ਮੇ ਮਤ ਪੜਨਾ ਕਿਸੀ ਪਾਰਟੀ ਕੇ ਚੱਕਰ ਮੇ, ਬਈ ਗੱਲ ਇਸ ਲਈ ਮੈਂ ਕਹੀ ਹੈ
कि अज लोग कांग्रेस की नीयत ते नीति नूं बड़ी चंगी तरह जानते हैं। हालात यह है कि जिहड़ियां गलतफहमियां सियासी पार्टियां पाउण दी कोशिश कर रही हैं कि इन्होंने चार साल च कुछ नहीं किया जी, कुछ नहीं किया जी। हकीकत यह है कि तीन साल तक तो केंद्र दे विच जिहड़ी जिहड़ी बीजेपी अकाली दल का गठबंधन सी, हरसिमरन कौर बादल केंद्र के मंत्री सी और यह केस सीबीआई दे कोल सी। और अगर साड़ी नीयत ते शक हुंदा सीबीआई ने तुहानू पता प्रकाश सिंह बादल सुखबीर सिंह बादल दे इशारे ते एक क्लोजर रिपोर्ट दे दित्ती। और जिस वक्त क्लोजर रिपोर्ट दित्ती असी उहदे अगेंस्ट कांग्रेस पार्टी गई है, कांग्रेस की सरकार कैप्टन अमरिंदर सिंह की सरकार हाई कोर्ट च गई है कि क्लोजर रिपोर्ट सीबीआई ने दित्ती है, ये पंजाब पुलिस नूं केस वापस करो। उत्थों सानू नहीं इंसाफ मिलिया, असी गए सुप्रीम कोर्ट के अंदर, सुप्रीम कोर्ट च जाके ये केस नूं वापस लैके आए हैं जिहदे कि 8 महीने अजे होए है। 8 महीनों के विच के पी असी 6 महीनों के विच एक जांच रिपोर्ट तैयार करके हाई कोर्ट नूं सौंप दित्ती। हुण सवाल यह है कि हाई कोर्ट ने इस जांच के उपर सवालिया निशान खड़े किए, और ये अगर सवालिया निशान खड़े हुए है तो साडा फर्ज बनता है भी उन्हें पैरा दे के इनू होर भी तेजी लैके आइए, ये करने की कोशिश करांगे। सर कोटपुरा गोलीकांड ते बैबल कला गोलीकांड सीबीआई कोले रहे जेड़ा बैबल कला बरगाड़ी कांड है, मैं तुहानू ये कहा कि ये भी गया, ये जेड़ा दोनों फाइलां मैं फिर क्लीयर कर दिया, ये दोनों फाइलां ही उन्होंने कोल गईयां सी। और एक सिट जिहड़ी ये खटरा जी दी ये पहले इत्थे बनी हुई सी, ये अकाली दल दे टाइम ते बनी सी, उहदे बाद ये रिपोर्ट जिहड़ी है एक सिट बनाई हाई कोर्ट दी डायरेक्शन हेठ सिट सी, ये पंजाब सरकार दी सिट नहीं, ये हाई कोर्ट जिहड़ी बाइबल कला कांड दी है ये हाई कोर्ट दी डायरेक्शन ते सिट है। और उहदे विच जे मैं तुहानू ये कहा कि जे कोई किंतु परंतु हुई है, जे उहदे अंदर कोई कमी आई है, सानू अपनी जिम्मेवारी नूं समझना चाहिए, ये मैं खुल के कहना। ठीक है डॉक्टर वेरका, तुसी खुल के कहने डॉक्टर वेरका, मैं तो इस वार कर रहा सर, गोलीकांड की जांच सीबीआई ने की सी जां बेअदबी कांड की की सी? बेअदबी कांड की सीबीआई ने जिस वक्त जांच की है ये सारिया ही फाइलां सीबीआई दे कोल सी, जिहड़ी फिर सुन लो उन्होंने कोल जांच सी बरगाड़ी कांड की, उन्हां बेअदबी कांड की जिस वक्त उन्होंने वो फाइलां मंगाईयां ते ये जिहड़ी बाइबल कला कांड की फाइलां है ये भी नाल होल केस की फाइल जिहड़ी है ये सीबीआई ने अपने कोल मंगाई, ये उहदे करके जिहड़ा साडा साडे असीं फास्ट ट्रैक च करना चाह रहे सी, सानूं ते मिले ही 8 महीने, मैं तुहानूं बार बार कह रहा कि साडे कोल सिर्फ 8 महीनों का टाइम सी, 6 महीनों के अंदर जिहड़े 9 चलान ये पेश किए, 10वां चलान पेश करना सी ते भाई उहदे विच हाई कोर्ट ने इहदे सवालिया निशान लगा दिता है। लेकिन मैं तुहानूं एक गल कहां जी, साडी बिल्कुल इस बात की जिम्मेवारी है, असीं अपनी जिम्मेवारी निभावांगे और असीं बाबा नानक दी नाम लेवा कौम नाल कमिटड हाँ। मुख्यमंत्री जी ने यह फिर अपनी कमिटमेंट दोहराई है कि यह सरकार के हुंदिया हुंदिया इंसाफ मिलेगा और गोलीकांड के दोषियों को सजावां मिलेंगी। चलो मैं एक छोटा ब्रेक लैके वापस आ रहा डॉक्टर राजकुमार वेरका, दलित विधायक जोड़े वो कट्ठे हुए थे तो राजकुमार वेरका हरा दलतों का बहुत सीनियर आगू मनिया जाता, हमेशा ये दलतों की गरीब गुरबियां की गल करने वाले मने जाते हैं, पर डॉक्टर राजकुमार वेरका उस बैठक में करन की गए थे, बाहर आके इन्होंने बहुत कुछ किया, वापस आ रहे हैं अज पुछांगे इन्हां दे बयान बदले तो नहीं। एक वे थोड़ा स्वागत करते हैं डॉक्टर राजकुमार वेरका साडे नाल मौजूद है। डॉक्टर राजकुमार वेरका सर, तुसी दलित विधायक सारे इकट्ठे हुए सीगे, ओबीसी विधायक सारे, तुसी सर क्या सीगा असी कैप्टन अमरिंदर सिंह तो समा मांग रहे हैं जी, समा किस लिए मांग रहे हैं? ये कहना सीगा कैप्टन अमरिंदर सिंह नूं कि डिप्टी चीफ मिनिस्टर जिहड़ा वह दलित होना चाहिए जां सूबे का मुख्यमंत्री दलित होना चाहिए, की 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 समा मांग की करना तुसी? साडा कोई सियासी कारोबार नहीं उस मामले, साडा सिंपल इस गल दे वास्ते है कि जेडे मैनीफेस्टो के अंदर साढ़े ये दलित कौम के नाल वादे सी, जिस तरह असीं जिक्र करते हैं किसानों का, असीं जिक्र करते हैं मजदूरों का, असीं जिक्र करते हैं दलितों का, और दलितों के नाल किए हुए जेडे वादे सी उहदे विच चाहे जिहड़ियां बैकलॉग नौकरियां
ਜਿਹੜੀਆਂ ਦਲਿਤਾਂ ਦੀਆਂ ਹੈਗੀਆਂ ਉਹ ਪੈਂਡਿੰਗ ਪਈਆਂ ਹੋਈਆਂ, ਉਹਦੇ ਵਾਸਤੇ ਅਸੀਂ ਗੱਲ ਕੀਤੀ ਹੈ। 85th ਅਮੈਂਡਮੈਂਟ ਪੂਰੇ ਦੇਸ਼ 'ਚ ਲਾਗੂ ਹੈ, ਪੰਜਾਬ ਦੇ ਵਿੱਚ ਇਹ ਪਰੇਸ਼ਾਨੀ ਆ ਰਹੀ ਹੈ, ਅਸੀਂ ਉਹਦੇ 'ਤੇ ਗੱਲ ਕਰਨ ਲਈ ਵਾਸਤੇ ਚਾਹੀਏ। ਜਿਹੜੇ ਇਸ਼ੂ ਸੈਟਲ ਹੋ ਗਏ ਉਹਦੇ ਵਾਸਤੇ ਅਸੀਂ ਧੰਨਵਾਦ ਕਰ ਰਹੇ ਹਾਂ, ਔਰ ਜਿਹੜੇ ਰਹਿ ਗਏ ਹੈ ਕਿਉਂਕਿ ਹੁਣ ਲੇਖੇ ਜੋਖੇ ਦਾ ਸਮਾਂ ਲਾਸਟ ਸਾਲ ਹੈ ਨਾ, ਅਤੇ ਇਹ ਇਹਦੇ ਵਿੱਚ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਮਾਜ ਨੂੰ ਜਵਾਬ ਦੇ। ਅਸੀਂ ਸਾਰੇ ਬੈਠ ਕੇ ਪਰਿਵਾਰਕ ਤੌਰ ਦੇ ਉੱਪਰ ਇਸ ਗੱਲ ਦਾ ਰਿਵਿਊ ਕਰ ਰਹੇ ਸੀ ਕਿ ਭਾਈ ਕਿਹੜੀ ਕਿਹੜੀਆਂ ਚੀਜ਼ਾਂ ਪੂਰੀਆਂ ਹੋਈਆਂ, ਕਿਹੜੀ ਕਿਹੜੀਆਂ ਬਾਕੀ ਰਹਿ ਗਈਆਂ, ਤਾਂ ਅੱਗੇ ਮੁੱਖ ਮੰਤਰੀ ਜੀ ਕੋਲ ਟਾਈਮ ਲੈ ਕੇ ਅਸੀਂ ਉਹਨਾਂ ਨੂੰ ਕਹੀਏ ਵੀ ਇਹਨਾਂ ਨੂੰ ਵੀ ਪੂਰੀਆਂ ਕਰੋ। ਖੇਤੀ ਮਜ਼ਦੂਰਾਂ ਦੇ ਕਰਜ਼ਿਆਂ ਦਾ ਮਾਮਲਾ, ਦਲਿਤਾਂ ਦੇ ਕਰਜ਼ਿਆਂ ਦਾ ਮਾਮਲਾ ਹੈ, ਸਕੋਲਰਸ਼ਿਪ ਦੇ ਵਿੱਚ ਕੁਛ ਪੇਚ ਹੈ ਦਾ ਮਾਮਲਾ ਹੈ। ਅਸੀਂ ਆਪਣੇ ਮਾਮਲਿਆਂ ਵਾਸਤੇ, ਨਾ ਕਿ ਸਿਆਸੀ ਹਿੱਤਾਂ ਵਾਸਤੇ, ਨਹੀਂ ਦਲਿਤਾਂ ਦੇ ਹਿੱਤਾਂ ਵਾਸਤੇ, ਗਰੀਬਾਂ ਦੇ ਹਿੱਤਾਂ ਵਾਸਤੇ ਅਸੀਂ ਇਕੱਠੇ ਹੋਏ। ਤੁਸੀਂ ਕਹਿ ਰਹੇ ਹੋ ਦਲਿਤਾਂ ਦੇ ਹਿੱਤਾਂ ਵਾਸਤੇ ਇਕੱਠੇ ਹੋਏ ਆ। ਡਾਕਟਰ ਰਾਜ ਕੁਮਾਰ ਵੇਰਕਾ, ਮੈਨੂੰ ਯਾਦ ਹੈ ਇੱਕ ਵਾਰ ਕਿ ਨਾਰਾਜ਼ ਹੋ ਕੇ ਤੁਸੀਂ ਵੀ ਦਿੱਲੀ ਚਲੇ ਗਏ ਸੀਗੇ ਕਿ ਮੈਨੂੰ ਕੈਬਨਿਟ ਮੰਤਰੀ ਨਹੀਂ ਬਣਾਇਆ ਗਿਆ। ਸੰਗਤ ਸਿੰਘ ਗਿੱਲ ਜੀਆਂ ਦੀ ਵੀ ਉਦਾਹਰਣ ਹੈਗੀ ਆ, ਸੁਰਜੀਤ ਧਮਾਨ ਦੀ ਵੀ ਉਦਾਹਰਣ ਹੈਗੀ ਆ, ਡਾਕਟਰ ਵੇਰਕਾ। ਡਾਕਟਰ ਵੇਰਕਾ, ਇਹ ਹੁਣ ਪਰਿਵਾਰਕ ਮਿਲਣੀ ਆ ਸਰ, ਇਸ ਮੌਕੇ ਕਿਉਂ ਹੋ ਰਹੀ ਆ ਸਰ? ਇਸ ਤੋਂ ਪਹਿਲਾਂ ਮਿਲ ਲੈਂਦੇ, ਇਸ ਤੋਂ ਪਹਿਲਾਂ ਕਿਉਂ ਨਹੀਂ ਇਕੱਠੇ ਹੋਏ? ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਤਾਂ ਬਹੁਤ ਪੁਰਾਣਾ ਸਰ, ਹਜੇ ਤੱਕ ਵਿਰੋਧੀ ਤੁਹਾਡੇ ਕਹਿ ਰਹੇ ਆ ਕਿ ਬਹੁਤ ਵੱਡਾ ਘੁਟਾਲਾ ਹੋਇਆ ਇਹਦੇ ਵਿੱਚ। ਨਹੀਂ, ਪਹਿਲੀ ਗੱਲ ਸੁਣ ਲਓ ਜੀ, ਇਹ ਕੇਂਦਰ ਦੀ ਸਰਕਾਰ ਨੇ, ਕਿਉਂਕਿ ਇਹ ਜਿਸ ਵਕਤ UP ਦੀ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਦੇ ਉੱਪਰ, ਇਹ ਜਿਹੜੀ 2004 ਦੇ ਵਿੱਚ ਇਹ ਸਕੋਲਰਸ਼ਿਪ ਉਹਨਾਂ ਨੇ ਅਮੈਂਡ ਕਰਕੇ ਜਾਰੀ ਕੀਤੀ ਸੀ, ਜਿਹੜੀ ਕਿ 2014 ਤੱਕ ਬਾਖੂਬੀ ਚੱਲਦੀ ਰਹੀ ਹੈ। ਔਰ ਜਿਸ ਵਕਤ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਨ ਦੇ ਦਿੱਤਾ ਕਿ ਅਸੀਂ ਦਲਿਤਾਂ ਦੀ ਜ਼ਿੰਮੇਵਾਰੀ ਅੱਗੇ ਨਹੀਂ ਚੁੱਕਾਂਗੇ, ਇੱਕ ਸਾਲ ਤੱਕ ਹੋਰ ਅਸੀਂ ਚੁੱਕਾਂਗੇ, ਬਾਅਦ ਦੇ ਵਿੱਚ ਇਹ ਸਕੋਲਰਸ਼ਿਪ ਨੂੰ ਅਸੀਂ ਨਹੀਂ ਦੇ ਸਕਦੇ। 16 ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਨੇ ਸਕੋਲਰਸ਼ਿਪ ਬੰਦ ਕਰ ਦਿੱਤੀ, ਔਰ ਇਹਦੇ ਵਾਸਤੇ ਜਿਹੜਾ ਬੈਕਲੋਗ ਜਿਹਨੂੰ ਕਹਿੰਦੇ ਘੁਟਾਲਾ ਹੋਇਆ, ਉਹ ਪੈਸਾ ਜਿਹੜਾ ਬੈਕਲੋਗ ਦਾ ਬਾਕੀ ਸੀਗਾ, ਉਹ UPA ਦੀ ਸਰਕਾਰ ਦਾ ਜਿਹੜਾ ਏਰੀਅਰ ਸੀਗਾ ਉਹ ਆ ਰਿਹਾ ਸੀ, ਜਿਹੜਾ ਕਾਲਜਾਂ ਨੂੰ ਅਸੀਂ ਦੇ ਰਹੇ, ਔਰ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹ 3 ਸਾਲ ਦਾ ਕਪੜਾ ਹੋ ਗਿਆ ਜੀ, 3 ਸਾਲ ਸਕੋਲਰਸ਼ਿਪ ਕਿੱਥੇ ਗਈ? ਵੀ 3 ਸਾਲ ਤੱਕ ਤਾਂ ਸਕੋਲਰਸ਼ਿਪ ਹੈ ਹੀ ਬੰਦ ਸੀ, ਔਰ ਕੇਂਦਰ ਦੀ ਸਰਕਾਰ ਨੇ ਇਹਨੂੰ ਬੈਨ ਕਰ ਦਿੱਤਾ। ਉਹਦੇ ਵਿੱਚ ਅਸੀਂ ਮਜਬੂਰ ਹੋ ਕੇ ਮੁੱਖ ਮੰਤਰੀ ਜੀ ਨੂੰ ਮਿਲੇ, ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਨਾਂ 'ਤੇ ਪੰਜਾਬ ਸਰਕਾਰ ਨੇ ਆਪਣੀ ਜਿਹੜੀ ਆ ਸਕੋਲਰਸ਼ਿਪ ਸ਼ੁਰੂ ਕੀਤੀ, ਫਿਰ ਵੇਖ ਕੇ ਕੇਂਦਰ ਦੀ ਸਰਕਾਰ ਨੇ ਵੀ ਉਹਦੀ ਨਕਲ ਮਾਰ ਕੇ ਇਹ ਕਹਿ ਦਿੱਤਾ ਕਿ ਜਿਹੜੀ UPA ਦੀ ਸਰਕਾਰ ਸੀ, ਅਸੀਂ 90% ਕੇਂਦਰ ਸਰਕਾਰ ਸਕੋਲਰਸ਼ਿਪ ਦੇ ਪੈਸੇ ਦਿੰਦੇ ਸੀ, 10% ਸਟੇਟਾਂ ਆਪਣਾ ਸ਼ੇਅਰ ਪਾਉਂਦੀਆਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕਹਿਤਾ ਵੀ ਅਸੀਂ 60% ਦੇਵਾਂਗੇ, ਸਿਰਫ 40% ਸਟੇਟਾਂ ਦੇਣ। ਸਟੇਟਾਂ ਦੇ ਕੋਲ ਆਪਣੇ ਸੋਰਸ ਬਹੁਤ ਪਹਿਲੇ ਹੀ ਘੱਟ ਸੀਗੇ, ਉਹਦੇ ਕਰਕੇ ਫਿਰ ਹੁਣ ਸਕੋਲਰਸ਼ਿਪ ਜਿਹੜੀ ਇਹਨਾਂ ਨੇ ਲਾਗੂ ਕੀਤੀ ਹੈ ਉਹ ਇਹ ਸਾਡੇ ਜਿਹੜੇ ਮੁੱਦੇ ਆ, ਜਿਹੜੀ ਮੈਂ ਮੁੱਦੇ 'ਤੇ ਗੱਲ 'ਤੇ ਆ ਰਿਹਾ, ਜਿਹੜਾ ਤੁਸੀਂ ਸਵਾਲ ਕੀਤਾ, ਮੈਂ ਤੁਹਾਨੂੰ ਇਹ ਕਿਹਾ ਵੀ ਸਾਡਾ ਇਹੋ ਜਿਹਾ ਕੋਈ ਤਰੀਕਾ ਨਹੀਂ ਹੈਗਾ ਕਿ ਤੁਸੀਂ ਇਹ ਕਹੋ ਕਿ ਅਸੀਂ ਕੋਈ ਰਾਜਨੀਤਿਕ ਤੌਰ 'ਤੇ ਮੰਤਰੀ ਬਣਨ ਵਾਸਤੇ, ਮੁੱਖ ਮੰਤਰੀ ਬਣਨ ਵਾਸਤੇ ਜਾਂ ਡਿਪਟੀ CM ਬਣਨ ਵਾਸਤੇ, ਇਹ ਕਾਂਗਰਸ ਹਾਈਕਮਾਨ ਦਾ ਕੰਮ ਹੈ। ਅਸੀਂ ਕਾਂਗਰਸ ਦੇ ਲੋਕ ਹਾਂ, ਅਸੀਂ ਜਿਹੜੇ ਸਮਾਜ ਦੇ ਕੀਤੇ ਹੋਏ ਵਾਅਦੇ ਆ ਉਹਨਾਂ ਨੂੰ ਪੂਰਾ ਕਰਾਉਣਾ ਚਾਹੁੰਦੇ। ਡਾਕਟਰ ਵੇਰਕਾ, ਤੁਸੀਂ ਬੜੇ ਮੀਡੀਆ ਫਰੈਂਡਲੀ ਰਹੇ ਹੋ, ਮੈਂ ਤੁਹਾਨੂੰ ਬੜੇ ਲੰਬੇ ਸਮੇਂ ਤੋਂ ਕਵਰ ਕਰਦਾ ਆ ਰਿਹਾ। ਡਾਕਟਰ ਵੇਰਕਾ, ਤੁਹਾਡੇ ਕੁਝ ਲੀਡਰ ਕਹਿੰਦੇ ਆ ਕਿ ਪੰਜਾਬ ਦੇ ਵਿੱਚ CM ਚਿਹਰਾ ਜਿਹੜਾ ਦਲਿਤ ਹੋਣਾ ਚਾਹੀਦਾ। ਸ਼ਮਸ਼ੇਰ ਸਿੰਘ ਦੂਲੋ ਹੋਰਾਂ ਦਾ ਵੀ ਤਾਜ਼ਾ ਬਿਆਨ ਆ ਸਰ, ਤੁਹਾਨੂੰ ਪਤਾ ਹੋਊਗਾ। ਇਸ ਤੋਂ ਇਲਾਵਾ BJP ਨੇ ਅਨਾਊਂਸਮੈਂਟ ਕੀਤੀ ਹੈ ਦਲਿਤ CM ਹੋਣਾ ਚਾਹੀਦਾ, ਅਕਾਲੀ ਦਲ ਨੇ ਕਿਹਾ ਡਿਪਟੀ CM ਦਲਿਤ ਹੋਣਾ ਚਾਹੀਦਾ। ਡਾਕਟਰ ਰਾਜ ਕੁਮਾਰ ਵੇਰਕਾ ਕੀ ਚਾਹੁੰਦੇ ਆ, ਪੰਜਾਬ ਦਾ CM ਦਲਿਤ ਹੋਣਾ ਚਾਹੀਦਾ, ਡਿਪਟੀ CM ਕਾਂਗਰਸ ਚਾਹੁੰਦੀ ਹੈ ਦਲਿਤ ਹੋਣਾ ਚਾਹੀਦਾ? ਮੈਨੂੰ ਕਰੈਕਟ ਸਟੇਟਮੈਂਟ ਦਿਓ ਡਾਕਟਰ ਰਾਜ ਕੁਮਾਰ ਵੇਰਕਾ। ਮੈਂ ਕਿਹਾ ਕਿਉਂ ਨਹੀਂ ਹੋਣਾ ਚਾਹੀਦਾ, ਮੈਂ ਤਾਂ ਕਹਿੰਦਾ ਹੋਣਾ ਚਾਹੀਦਾ, ਕੌਣ ਕਹਿੰਦਾ ਨਹੀਂ ਹੋਣਾ ਚਾਹੀਦਾ? ਬਈ ਤੁਸੀਂ ਇਹ ਦੇਖੋ ਕਿ ਇੱਥੇ ਬੈਕਵਰਡ ਕਲਾਸ ਦਾ OBC ਦਾ ਮੁੱਖ ਮੰਤਰੀ ਬਣ ਚੁੱਕਿਆ ਗਿਆਨੀ ਗੈਲ ਸਿੰਘ, ਹਿੰਦੂ ਮੁੱਖ ਮੰਤਰੀ ਬਣ ਚੁੱਕਿਆ ਰਾਮ ਕਿਸ਼ਨ, ਇੱਥੇ ਜੱਟ ਬਾਕੀ ਮੁੱਖ ਮੰਤਰੀ ਬਣਦੇ ਰਹੇ, ਅਤੇ ਵਾਈ ਨੋਟ ਦਲਿਤ? ਇਹ ਦੇਸ਼ ਸਭ ਤੋਂ ਵੱਡਾ ਦਲਿਤ ਪਾਪੂਲੇਸ਼ਨ ਦਾ ਏਰੀਆ ਹੈ, ਅਤੇ ਜੇ ਮੈਂ ਕਹਾਂ ਕਿ ਦਲਿਤ ਮੁੱਖ ਮੰਤਰੀ ਬਣਨਾ ਚਾਹੀਦਾ ਤਾਂ ਇਹਦੇ ਕਿਸੇ ਨੂੰ ਕੀ ਪਰੇਸ਼ਾਨੀ ਹੋਣੀ ਚਾਹੀਦੀ? ਬਣਨਾ ਚਾਹੀਦਾ। ਡਾਕਟਰ ਵੇਰਕਾ ਨੂੰ ਜੇ ਕੋਈ ਕਵੇ ਕਿ CM ਫੇਸ ਡਾਕਟਰ ਵੇਰਕਾ ਹੋਣਗੇ, ਡਾਕਟਰ ਵੇਰਕਾ ਤਿਆਰ ਹੈ? ਲਓ, ਮੇਰਾ ਦਿਮਾਗ ਖਰਾਬ ਹੈ, ਮੈਂ ਤਿਆਰ ਨਹੀਂ ਹੈਗਾ, ਹੁਣੇ ਬਣਾ ਦਿਓ, ਮੈਂ ਹੁਣੇ ਬਣ ਜਾਊਗਾ, ਮੈਨੂੰ ਕੀ ਪਰੇਸ਼ਾਨੀ ਹੈ? ਬਈ ਮੈਂ ਇਹਨਾਂ ਸਾਰਿਆਂ ਤੋਂ ਕਾਬਲ ਹਾਂ, ਇਸ ਗੱਲ 'ਚ ਕੋਈ ਸ਼ੱਕ ਨਹੀਂ, ਲੇਕਿਨ ਮੈਂ ਪਾਰਟੀ ਦਾ ਪਾਬੰਦ ਹੈ, ਪਾਰਟੀ ਦਾ ਵਫ਼ਾਦਾਰ ਹਾਂ। ਪਾਰਟੀ ਮੈਨੂੰ ਕਹੇਗੀ ਕਿ ਬਈ ਪਹਿਲੀ ਤਨਖਾਹ ਦੇ ਕੰਮ ਕਰਨਾ ਤਾਂ ਮੈਂ ਕਰੀ ਜਾ ਰਿਹਾ ਨਾ, ਅਤੇ ਮੈਨੂੰ ਕੋਈ ਦਿੱਕਤ ਨਹੀਂ।
ਅਸੀਂ ਲੋਕ ਕਾਂਗਰਸ ਦੇ ਲੋਕ ਹਾਂ ਤੇ ਕਾਂਗਰਸ ਦੇ ਹੁਕਮ 'ਚ ਰਹਿਣ ਵਾਲੇ ਲੋਕ ਹਾਂ। ਨਹੀਂ ਪਹਿਲੀ ਤਨਖਾਹ ਤੇ ਤੁਸੀਂ ਕਹਿੰਦੇ ਕੰਮ ਕਰੀ ਜਾਓ ਤੁਸੀਂ ਤੇ ਤਨਖਾਹ ਤੋਂ ਤਾਂ ਨਾਰਾਜ਼ ਹੋ ਗਏ ਤੁਸੀਂ ਵੇਰਕਾ ਸਾਹਿਬ ਦਿੱਲੀ ਚਲੇ ਗਏ ਸੀ ਤੁਸੀਂ ਨਾਰਾਜ਼ ਹੋ ਕੇ, ਮੈਨੂੰ ਯਾਦ ਹੈ ਸਰ। ਨਹੀਂ ਨਹੀਂ ਮੈਂ ਕਦੀ ਨਾਰਾਜ਼ ਹੋ ਕੇ ਨਹੀਂ ਗਿਆ, ਲੇਕਿਨ ਮੈਨੂੰ ਸਰ ਇਹ ਹੈਗਾ ਕਿ ਭਾਈ ਜਿਹੜੇ ਜਿਹੜੇ ਇਸ ਸਮਾਜ ਦੇ ਵਿੱਚੋਂ ਲੋਕ ਆਉਂਦੇ ਆ, ਇਹ ਸਮਾਜ ਦਾ ਸੰਵਿਧਾਨ ਇਹ ਕਹਿੰਦਾ, ਸੰਵਿਧਾਨ ਕੀ ਕਹਿੰਦਾ ਹੈ ਬਈ ਜਿੰਨੇ ਜਿੰਨਾ ਬਜਟ ਹੈ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਓਨੀ ਐਲੋਕੇਸ਼ਨ ਹੋਣੀ ਹੈ, ਬਈ ਜਿੰਨਾ ਬਜਟ ਹੈ ਜਿੰਨੀ ਪਾਪੂਲੇਸ਼ਨ ਹੈ ਉਸ ਹਿਸਾਬ ਨਾਲ ਆਰਕਸ਼ਨ ਹੋਣੀ ਹੈ। ਔਰ ਜੇਕਰ ਭਾਈ ਜੇਕਰ ਇਹ ਸੰਵਿਧਾਨ ਦੇ ਅੰਦਰ ਸਾਡਾ ਪ੍ਰਾਵਧਾਨ ਹੈ ਉਹ ਸਾਨੂੰ ਸੰਵਿਧਾਨ ਹੱਕ ਦਿੰਦਾ ਹੈ ਅਤੇ ਉਸ ਹੱਕ ਦੇ ਨਾਲ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਭਾਈ ਇਹਦੇ ਵਾਸਤੇ ਜੇਕਰ 18 ਮਿਨਿਸਟਰ ਹੈ ਚੀਫ ਮਿਨਿਸਟਰ ਸਮੇਤ ਅਤੇ ਫਿਰ ਪਾਪੂਲੇਸ਼ਨ 33% ਜਿਹੜੀ ਦਲਿਤਾਂ ਦੀ ਹੈ ਉਹਦੇ ਵਾਸਤੇ 6 ਮੰਤਰੀ ਬਣਦੇ ਹੈ ਨਾ ਅਤੇ 3 ਹੈਗੇ ਆ, ਅਸੀਂ ਕਿ 3 ਸਾਡਾ ਹਿੱਸਾ ਹੋਰ ਬਣਦਾ, ਇਹ ਅਸੀਂ ਆਪਣੀ ਗੱਲ ਪੋਲੀਟੀਕਲੀ ਕਾਂਗਰਸ ਪਾਰਟੀ ਦੇ ਪਲੇਟਫਾਰਮ 'ਤੇ ਕਹੀ ਸੀ। ਨਹੀਂ ਹੁਣ ਵੀ ਮੀਟਿੰਗ ਇਸੇ ਲਈ ਸੀਗੀ, ਇੱਕ ਡਿਪਟੀ ਸਪੀਕਰ ਵੀ ਤੁਹਾਡੇ ਹਿੱਸੇ ਦਾ। ਮੇਰਾ ਸਵਾਲ ਤਾਂ ਉਹੀ ਐਲੋਕੇਸ਼ਨ ਵਾਲਾ ਸਰ, ਤੁਹਾਨੂੰ ਬਣਦਾ ਹੱਕ ਨਹੀਂ ਮਿਲਿਆ ਨਾ ਹੁਣ ਤੀਕਰ ਕਾਂਗਰਸ ਪਾਰਟੀ ਦੇ ਵਿੱਚ? ਇਹ ਗੱਲ ਸਮਝੇ ਨਹੀਂ, ਮੈਂ ਤੁਹਾਨੂੰ ਇਹ ਕਿਹਾ ਕਿ ਅੱਜ ਤੱਕ ਦਲਿਤਾਂ ਦੀ ਜਿੰਨੀਆਂ ਵੀ ਚੀਜ਼ਾਂ ਹੋਈਆਂ, ਚਾਹੇ ਇੰਦਰਾ ਆਵਾਸ ਯੋਜਨਾ ਦੇ ਤਹਿਤ ਮਕਾਨ ਹੋਏ, ਚਾਹੇ ਜ਼ਮੀਨਾਂ ਦੀ ਵੰਡ ਹੋਈ, ਚਾਹੇ ਆਰਕਸ਼ਣ ਦਿੱਤਾ, ਬਈ ਇਹ ਕਿੰਨਾ ਨਹੀਂ ਦਿੱਤਾ ਕਾਂਗਰਸ ਪਾਰਟੀ ਨੇ, ਬਾਕੀ ਸਰਕਾਰਾਂ ਨੇ ਤਾਂ ਬੰਦ ਕੀਤਾ ਨਾ। ਜੇ ਦਲਿਤਾਂ ਦੀ ਆਵਾਜ਼ ਕਿਸੇ ਨੇ ਬੁਲੰਦ ਕੀਤੀ ਹੈ ਤੇ ਉਹ ਕਾਂਗਰਸ ਪਾਰਟੀ ਹੈ, ਜਿਹੜਾ ਕਿ ਦਲਿਤਾਂ ਨੂੰ ਮੰਚ ਪ੍ਰੋਵਾਈਡ ਕਰਦੀ ਆਪਣੀ ਗੱਲ ਕਹਿਣ ਦਾ। ਕੋਈ ਪੋਲੀਟੀਕਲ ਪਾਰਟੀ ਦਲਿਤਾਂ ਨੂੰ ਆਪਣੀ ਗੱਲ ਕਹਿਣ ਦਾ ਮੰਚ ਨਹੀਂ ਦਿੰਦੀ, ਇਹ ਸਿਰਫ ਕਾਂਗਰਸ ਪਾਰਟੀ ਦਿੰਦੀ ਹੈ। ਔਰ ਕਾਂਗਰਸ ਪਾਰਟੀ ਜੋ ਕਰ ਰਹੀ ਹੈ ਦਲਿਤਾਂ ਵਾਸਤੇ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਕੀਤਾ ਉਹਦਾ ਇਤਿਹਾਸ ਕਾਂਗਰਸ ਪਾਰਟੀ। ਨਹੀਂ ਕਾਂਗਰਸ ਪਾਰਟੀ ਤਾਂ ਕਰਦੀ ਰਹੀ ਹੈ, ਤੁਸੀਂ ਕਾਂਗਰਸ ਪਾਰਟੀ ਦੇ ਬਹੁਤ ਸੋਹਲੇ ਗਾਨੇ ਹੋ, ਤੁਸੀਂ ਕਾਂਗਰਸ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਹੋ ਡਾਕਟਰ ਸਾਹਿਬ। ਡਾਕਟਰ ਸਾਹਿਬ ਸਵਾਲ ਇਹ ਹੈ, ਕਾਂਗਰਸ ਪਾਰਟੀ ਕਰਦੀ ਹੈ ਪਰ ਕੈਪਟਨ ਸਾਹਿਬ ਨਹੀਂ ਮੰਨਦੇ, ਕੈਪਟਨ ਸਾਹਿਬ ਦਲਿਤਾਂ ਨੂੰ ਬੰਦਾ ਹਿੱਸਾ ਨਹੀਂ ਦੇ ਰਹੇ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਨਹੀਂ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਇਹ ਉਸ ਹਾਲਾਤ ਦੇ ਵਿੱਚ ਜਿਹੜਾ ਕਿਉਂਕਿ ਪ੍ਰੋਰੋਗੇਟਿਵ ਹੈ ਉਹ ਮੁੱਖ ਮੰਤਰੀ ਜੀ ਦਾ ਹੈ, ਪ੍ਰੋਰੋਗੇਟਿਵ ਹੈ ਕਾਂਗਰਸ ਹਾਈ ਕਮਾਂਡ ਦਾ ਹੈਗਾ। ਬਈ ਅਸੀਂ ਉਹ ਲੋਕ ਹੈ ਜਿਹਨੂੰ ਕਹਿੰਦੇ ਨਾ ਕਿ ਮਾਲੀ ਦਾ ਕੰਮ ਪਾਣੀ ਦੇਣਾ ਤੇ ਉਹ ਭਰ ਭਰ ਮਸ਼ਕਾਂ ਪਾਵੇ, ਮਾਲਿਕ ਦਾ ਕੰਮ ਫਲ ਫੁੱਲ ਲਾਉਣਾ ਉਹ ਲਾਵੇ ਜਾਂ ਨਾ ਲਾਵੇ। ਅਸੀਂ ਕਾਂਗਰਸ ਦੇ ਵਰਕਰ ਹੈ ਨਾ, ਸਾਡਾ ਕੰਮ ਹੈ ਪਾਰਟੀ ਲਈ ਕਰਮ ਕਰਨਾ ਔਰ ਉਹਨਾਂ ਨੇ ਦੇਖਣਾ ਹੈ ਠੀਕ ਕੀ ਹੈ ਔਰ ਉਹਨਾਂ ਦਾ ਬਣਦਾ ਹਿੱਸਾ ਹੈ ਉਹ ਮਿਲਣਾ ਚਾਹੀਦਾ। ਚਲੋ ਇੱਕ ਹੋਰ ਛੋਟਾ ਜਿਹਾ ਵਕਫਾ ਲੈਣਾ, ਡਾਕਟਰ ਵੇਰਕਾ ਹਰਾ ਤੋਂ ਗੱਲ ਕਢਵਾਉਣੀ ਬੜੀ ਔਖੀ ਹੈ। ਡਾਕਟਰ ਵੇਰਕਾ ਹਰਾ ਨੂੰ ਮੈਂ ਬਹੁਤ ਸਾਲਾਂ ਤੋਂ ਜਾਣਦਾ, ਇਹ ਅਕਸਰ ਆਪਣੀ ਜਿਹੜੀ ਲਿਖਤਾਂ ਹੈਗੀਆਂ ਉਹਦੇ ਜ਼ਰੀਏ ਹੈ ਜਿਹੜੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਆ, ਦਿਲ ਦੀ ਗੱਲ ਬਹੁਤ ਘੱਟ ਦੱਸਦੇ। ਮੈਂ ਕੋਸ਼ਿਸ਼ ਕਰ ਰਿਹਾ ਦਿਲ ਦੀ ਗੱਲ ਕਢਵਾ ਸਕਾਂ, ਵਾਪਸ ਆ ਰਿਹਾ। ਇੱਕ ਫਿਰ ਸਵਾਗਤ ਕਰਦੇ ਹਾਂ, ਡਾਕਟਰ ਵੇਰਕਾ ਸਾਡੇ ਨਾਲ ਮੌਜੂਦ ਹੈ ਕਿ ਡਾਕਟਰ ਵੇਰਕਾ ਆਖਰੀ ਹਿੱਸੇ ਵਿੱਚ ਅਸੀਂ ਆਖਰੀ ਸਵਾਲ ਤੁਹਾਡੇ ਤੋਂ ਮੈਂ ਲੈ ਲਾਂ ਫਟਾਫਟ। ਡਾਕਟਰ ਵੇਰਕਾ ਤੁਸੀਂ ਕਦੇ ਐਵੈਲਿਊਏਸ਼ਨ ਕੀਤੀ ਹੈ ਸਰ, ਰੂਰਲ ਏਰੀਆ ਦੇ ਵਿੱਚ ਦਲਿਤਾਂ ਦਾ ਕੀ ਹਾਲ ਹੈ ਸਰ? ਸਾਡੀ ਤਕਰੀਬਨ 37% ਪਾਪੂਲੇਸ਼ਨ ਦਲਿਤਾਂ ਦੀ ਪਿੰਡਾਂ ਵਿੱਚ ਰਹਿੰਦੀ ਹੈ। ਡਾਕਟਰ ਵੇਰਕਾ ਤੁਸੀਂ ਪਿੰਡਾਂ ਵਿੱਚ ਉਦੋਂ ਬਹੁਤ ਗਏ ਹੋ ਜਦੋਂ ਤੁਸੀਂ ਕਮਿਸ਼ਨ ਦੇ ਵਿੱਚ ਰਹੇ ਹੋ ਡਾਕਟਰ ਵੇਰਕਾ, ਪਰ ਡਾਕਟਰ ਵੇਰਕਾ ਅੱਜ ਵੀ ਉਹਨਾਂ ਦੇ ਹਾਲਾਤ ਚੰਗੇ ਨਹੀਂ ਹੈਗੇ ਸਰ। ਮੈਂ ਗੱਲ ਕਹਾਂ, ਗੱਲ ਸਿਰਫ ਇਹ ਹੈ ਇਹ ਨਹੀਂ ਕਿ ਹਾਲਾਤ ਚੰਗੇ ਨਹੀਂ ਹੈ, ਪੂਰੇ ਦੇਸ਼ ਦੇ ਅੰਦਰ ਹੀ ਨੀਅਤ ਔਰ ਨੀਤੀ ਦਾ ਸਵਾਲ ਆ। ਪੰਜਾਬ ਦੇਸ਼ ਤੋਂ ਬਿਹਤਰ ਅੱਜ ਵੀ, ਮੈਂ ਤੁਹਾਨੂੰ ਇਹ ਗੱਲ ਕਹਾਂ। ਅਦਰਵਾਈਜ਼ ਤੁਸੀਂ ਸਾਊਥ ਦੇ ਅੰਦਰ ਦੇਖੋ, ਉੱਤਰ ਪ੍ਰਦੇਸ਼ ਦੇ ਅੰਦਰ ਦੇਖੋ, ਬਿਹਾਰ ਦੇ ਅੰਦਰ ਦੇਖੋ, ਅਗਰ ਜੇ ਕਿਤੇ ਦਲਿਤਾਂ ਦੀ ਹਾਲਤ ਆਪਣੀ ਜੇ ਮੈਂ ਕਹਾਂ ਪੈਰਾਂ 'ਤੇ ਹੈ ਜਾਂ ਖੁਦਾਰੀ ਦੇ ਨਾਲ ਜੀਂਦੇ ਹੈ ਤਾਂ ਉਹ ਪੰਜਾਬ ਦੇ ਵਿੱਚ ਹੀ ਜੀਂਦੇ ਹੈ। ਕਿਉਂਕਿ ਪੰਜਾਬ ਜਿਹੜੀ ਸਾਂਝੀ ਵਾਰਤਾ ਦਾ ਪੰਜਾਬ ਹੈ, ਇੱਥੇ ਸਭ ਨੂੰ ਬਰਾਬਰੀ ਦਾ ਹੱਕ ਹਾਸਲ ਆ। ਇੱਥੇ ਉਹ ਨਫ਼ਰਤ ਦਾ ਦੇ ਪੰਜਾਬ ਨਹੀਂ ਹੈ, ਇਹ ਪੰਜਾਬ ਹਾਸੇ ਖੇਡਦੇ ਗਿੱਧੇ ਦੇ ਭੰਗੜੇ ਵਾਲਾ ਪੰਜਾਬ ਹੈ, ਇਹ ਸਾਂਝੀ ਵਾਰਤਾ ਦਾ ਪੰਜਾਬ ਹੈ, ਇੱਥੇ ਸਾਡਾ ਸਾਂਝਾ ਸੰਘਰਸ਼ ਹੈ ਅਤੇ ਸਾਡੀ ਸਾਂਝੀ ਸਭਿਅਤਾ ਹੈ। ਚਲੋ ਡਾਕਟਰ ਵੇਰਕਾ ਨੇ ਇਸ ਦਾ ਜਵਾਬ ਜਿਸ ਤਰੀਕੇ ਨਾਲ ਦਿੱਤਾ ਤੁਹਾਡੇ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ। ਸਰ ਇੱਕ ਮੈਂ ਕਦੇ ਸਰ ਵਰਗ ਨੂੰ ਵੰਡ ਕੇ ਨਹੀਂ ਦੇਖਣਾ ਚਾਹੁੰਦਾ ਗਾ, ਪਰ ਜੋ ਸਾਡੇ ਕੋਲ ਸਵਾਲ ਆਉਂਦੇ ਆ ਸਰ ਮੈਂ ਉਹ ਜ਼ਰੂਰ ਪੁੱਛਣਾ ਚਾਹੁੰਦਾ ਡਾਕਟਰ ਵੇਰਕਾ। ਸਰ ਵਾਲਮੀਕੀ ਅਤੇ ਰਵੀਦਾਸੀ ਭਾਈਚਾਰਾ ਜਿਹੜਾ ਉਹਦੇ ਵਿੱਚ ਸਰ ਤੁਸੀਂ ਵਖਰੇਵਾਂ ਕੀ ਦੇਖਦੇ ਹੋ ਸਰ? ਕਿਹਨੂੰ ਬੈਨੀਫਿਟ ਜ਼ਿਆਦਾ ਮਿਲਦੇ ਪਏ, ਕਿਹਨੂੰ ਘੱਟ ਮਿਲਦੇ ਪਏ, ਜਾਂ ਦੋਨਾਂ ਨੂੰ ਬਰਾਬਰ ਲੈ ਕੇ ਚੱਲਦੇ ਪਿਓ? ਡਾਕਟਰ ਵੇਰਕਾ ਬਹੁਤ ਸਿੱਧਾ ਸਵਾਲ ਆ ਸਰ ਇਹ। ਨਹੀਂ ਨਹੀਂ ਨਹੀਂ, ਇਹ ਸਾਰੀ ਬਾਬਾ ਸਾਹਿਬ ਅੰਬੇਦਕਰ ਦੀ ਕੌਮ ਆ ਔਰ ਅਸੀਂ ਸਾਰੇ ਬਿਲਕੁਲ ਇਕੱਠੇ ਹਾਂ ਔਰ ਇੱਕ ਪਲੇਟਫਾਰਮ ਦੇ ਉੱਪਰ ਆ
एक परिवारिक तौर के उपर जिस वक्त ज्ञानी जैल सिंह मुख्यमंत्री से उस वक्त परिवारक तौर के उपर एक सांझ पई सी। सांझ ये पई सी कि भाई ये दो मेजर कम्युनिटी हैं, ये आधर्मी ते रविदासी एक कम्युनिटी है, मजहबी सिंह वाल्मीकि दूसरी कम्युनिटी है। और ये कहा गया कि भाई जे दो भरावां दे विच दी गल आ ते जे दो पोस्टा निकलन एक आ भरा नूं चल जाए एक ओह भरा नूं पर चल जाए, ये साडा जिहड़ा हैगा सी ये सांझे तौर दे उपर फैसला। साडा कदी पंजाब दे अंदर इस मामले च विक्रेमा होया ही नहीं, कदी इस मामले च कलैश नहीं, साडा इस मामले च कोई झगड़ा ही नहीं, असीं सारे भरावां दी तरह और एक दूसरे दे नाल। चलो जे तुसीं कह रहे हो सर सारा पंजाब तुहानूं सुणदा वी पिया डॉक्टर वेरका, डॉक्टर वेरका तुसीं कह रहे वी एक पोस्ट उहनूं चल जावे एक पोस्ट उहनूं चल जावे, हुण तां जॉब सिक्योरिटी नहीं हैगी सर, राखवां कंधे विचाले सर इस भाईचारे नूं जिहड़ी नौकरी दी सुरक्षा उह किन्नी मिलदी पई है सर? देखो मैं तुहानूं इह गल कही है कि जिहड़ी 25% है, हालांकि इह हुण इह 33% होणा चाहीदा आरक्षण, इह सिर्फ मिलदा है 25.5%, 33% दी जगह। असीं मंग कीती है कि संविधान इह कहिंदा है कि जिनी पापूलेशन उन्नी आरक्षण, ये कहता है संविधान। और असी 12.5% जी है वह मिलती है 25% के मजहबी सिंह वाल्मीकिया, और 12.5% अदर मिलती है दूसरे मिलती है। और मैं तुम्हें यह कहा कि ये वास्ते ये साझे तौर पर मैं समझाना ये वास्ते चौधरी संतोख सिंह चमार बरादरी रविदासी बरादरी संबंध रखते थे, उन्होंने बिल साझे तौर पर लैके आए कि 50-50 दोनों च आरक्षण चाहिए है, कोई झगड़ा नहीं पिया। महिंदर सिंह केपी भी रविदासी सी, उन्होंने भी ये बिल लैके आए अमेंडमेंट का, लेकिन मैं तुम्हें यह कहा कि साढ़े दरम्यान कोई झगड़ा झुगड़ा हैगा नहीं, असी सारे ही सीधे तौर पर सांझे हैं और एक दूसरे की बांह फड़ के तुरन वाले लोग हैं। डॉक्टर वेरका कुछ आखिरी सवाल लै रहे हैं तो डॉक्टर वेरका तुसी जी दलित विधायकों की बैठक हुई सी मजबूरी से डॉक्टर वेरका उत्थे जाना पाया या डॉक्टर वेरका ने कॉल की सी या किसी होर ने कॉल की सी, क्योंकि तुहानू कैप्टन अमरिंदर सिंह दे धड़े का मनिया जाता डॉक्टर वेरका तो वो कहिंदे भी दलित विधायकों की बैठक सद ली तो इस करके डॉक्टर वेरका नूं जाना पाया तो हो सकता डॉक्टर वेरका जाते ही ना बैठक, ये सच है? नहीं बिल्कुल नहीं, मैं बिल्कुल इस समाज का एक पार्ट एंड पार्सल है, जिथे समाज की गल होगी चाहे वो अकाली दल वाले कर बीजेपी वाले कर समाज पार्टी करे कोई भी पार्टी करे, जे वह कहे भी दलितों के मुद्दों पर विचार करना है तो उन्होंने भलाई की गल करनी है, मैं किसी भी जगह पर जाना है। और दूसरी गल ये मैं क्या ये परिवार की मीटिंग सी, ये कांग्रेस पार्टी के परिवार की मीटिंग सी, और असी ये लिखा जोखा विचार किया कि भाई हुण कि वादे पूरे हो गए किहड़े बाकी रह गए हैं ताकि अपने मुख्यमंत्री नाल बह के इन्हू पूरा कराया जाए। और मुख्यमंत्री को ही टाइम मंगया और तुहानू खुशी की गल कह रहा कि मुख्यमंत्री जी 2-4 दिन सानू टाइम दे रहे। डॉक्टर वेरका जो पूछा जाए कि तुम अमृतसर इलाके दे हो सर, डॉक्टर वेरका जो पूछा जाए नवजोत सिंह सिद्धू की अगवाई में वह चोणा लड़न लई तैयार रहणगे जां कैप्टन अमरिंदर सिंह की अगवाई में ही लड़नी है, पर तुहाडा जवाब बड़ा डिप्लोमैटिक आऊगा मैं कांग्रेस का सिपाही हाँ। कांग्रेस की अगवाई के अंदर कोई भी जिन्हों कांग्रेस की अगवाई करने वास्ते सोनिया गांधी राहुल गांधी भेजेगा वह मेरा सरदार होएगा, उन्होंने मैं सलाम करूंगा, वह मैं आदेश मानागा। और दूसरी गल यह है कि आज मुख्यमंत्री कैप्टन अमरिंदर सिंह सोनिया गांधी वालों बनाए गए मुख्यमंत्री है, कांग्रेस वालों बनाए गए मुख्यमंत्री है, और सारे MLA वालों सर्वसम्मति दे नाल चुने हुए नेता है, और आज की डेट के अंदर उन्होंने चैलेंज करना कितना कितने ठीक नहीं है। डॉक्टर वेरका कदे मौका भी आया सी जदों नवजोत सिंह सिद्धू दे नाल राजकुमार वेरका का नाम बहुत खूबसूरती नाल जोड़ा जाता सीगा, नवजोत सिंह सिद्धू नूं कुर्सी तो लाया गया डॉक्टर राजकुमार वेरका की कैबिनेट रैंक वजो एंट्री हुंदी है। डॉक्टर वेरका अज नवजोत सिंह सिद्धू नाल दोस्ताना संबंध हैगे है, सुखावे संबंध हैगे है, दोस्ती वाले संबंध हैगे है जां नहीं हैगे? बिल्कुल मेरी कांग्रेस पार्टी के हर व्यक्ति के नाल दोस्ताना संबंध हैगे है, मेरे नाल किसी का भी कोई बखरेवा है ही नहीं, और कोई शक नहीं कि नवजोत सिंह सिद्धू मेरे दोस्त आ, और जिहड़ा ये दोस्त हुंदे आ दोस्त हुंदे। वेरका साहब पुल दा काम करनगे कैप्टन अमरिंदर सिंह ते नवजोत सिंह सिद्धू विचाले जां नहीं कर पा रहे? किहड़ा तुसीं पुल दा काम कर पा रहे हो नवजोत सिंह सिद्धू ते कैप्टन अमरिंदर सिंह विचाले जां नहीं कर पा रहे मजबूर हो? देखो मैं ते कांग्रेस पार्टी लई ही पुल दा काम करना है, और मेरी कोशिश ये है कि सब नूं एक सूत्र नाल बन के रखना, और मैं ये गल कह रहा हां कि भाई लोग माला की तारीफ करते हैं मोतियां की तारीफ करते हैं, असल काम धागे का होंगे जोड़ के रखता, मैं वो धागा
ਜਿਹੜਾ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਦਾ। ਸਰ ਉਸ ਧਾਗੇ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਉਹ ਅਹਿਮੀਅਤ ਦਿੱਤੀ ਹੈ ਜਿਹੜੀ ਮਿਲਣੀ ਚਾਹੀਦੀ ਸੀ ਡਾਕਟਰ ਰਾਜਕੁਮਾਰ ਵੀਰ ਦਾ। ਅੱਜ ਦਿਲ ਦੀ ਗੱਲ ਦੱਸ ਦਿਓ ਸਰ, ਬਹੁਤ ਵਾਰੀ ਤੁਸੀਂ ਛਪਾ ਰਿਹਾ ਸਰ, ਅੱਜ ਦਿਲ ਦੀ ਗੱਲ ਦੱਸ ਦਿਓ ਜੀ। ਦੱਸੋ ਕੀ ਪੁੱਛਣਾ? ਉਹ ਉਸ ਧਾਗੇ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਅਹਿਮੀਅਤ ਦਿੱਤੀ ਹੈ ਜਾਂ ਨਹੀਂ ਦਿੱਤੀ? ਬਿਲਕੁਲ, ਸਭ ਨੇ ਅਹਿਮੀਅਤ ਦਿੱਤੀ ਹੈ ਔਰ ਮੈਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਸਭ ਨੇ ਅਹਿਮੀਅਤ ਦਿੱਤੀ ਹੈ। ਟਾਈਮ ਜਲਦੀ ਆਉਣ ਵਾਲਾ ਹੈ ਔਰ ਸਾਰੇ ਹੀ ਇੱਕ ਪਲੇਟਫਾਰਮ 'ਤੇ ਹੋਵਾਂਗੇ, ਕੋਈ ਕਿਤੇ ਨਹੀਂ ਜਾਣ ਵਾਲਾ। ਮੈਂ ਤੁਹਾਨੂੰ ਇੱਕ ਗੱਲ ਬੜਾ ਖੁੱਲ੍ਹ ਕੇ ਕਹਿ ਰਿਹਾ, ਇਹ ਬਸ ਬੜੀ ਜਲਦੀ ਹਫ਼ਤੇ 10 ਦੇ ਦਿਨ ਦੇ ਅੰਦਰ ਕੇ ਪੀ ਤੇਰੇ ਚੈਨਲ 'ਤੇ ਕਹਿ ਕੇ ਜਾ ਰਿਹਾ ਅੱਜ ਮੈਂ, ਹਫ਼ਤੇ 10 ਦੇ ਦਿਨ ਦੇ ਅੰਦਰ ਰਾਹੁਲ ਗਾਂਧੀ ਸੋਨੀਆ ਗਾਂਧੀ ਦੀ ਟੀਮ ਦੇ ਨਾਲ ਇਹ ਕਾਂਗਰਸ ਹਾਈਕਮਾਨ ਦੇ ਲੋਕ ਪੰਜਾਬ ਦੇ ਲੋਕਾਂ ਨਾਲ ਬੈਠ ਕੇ ਸਭ ਨੂੰ ਇੱਕ ਬੈਂਚ 'ਤੇ ਲੈ ਕੇ ਆਉਣਗੇ ਔਰ ਸਾਰਾ ਮਸਲਾ ਜਿਹੜਾ ਹੈ ਆਲ ਇਜ਼ ਵੈਲ ਹੋਏਗਾ ਔਰ ਸਾਰੇ ਇੱਕ ਮੰਚ 'ਤੇ ਇਕੱਠੇ ਹੋ ਕੇ 2022 ਦੀ ਲੜਾਈ ਲੜਨਗੇ। ਇੱਕ ਆਖਰੀ ਸਵਾਲ ਡਾਕਟਰ ਰਾਜਕੁਮਾਰ ਵੇਰਕਾ, ਤੁਸੀਂ ਕੋਰੋਨਾ ਕਾਲ ਦੇ ਵਿਚਾਲੇ ਗਾਣਾ ਵੀ ਗਾਇਆ ਸੀਗਾ, ਫਿਲਮਾਇਆ ਵੀ ਸੀਗਾ, ਇਸ ਕੋਵਿਡ ਦੇ ਦੌਰਾਨ ਪੰਜਾਬ ਨੂੰ ਲਵਾਰਿਸ ਛੱਡ ਦਿੱਤਾ ਹੈ ਸਿਆਸਤ ਨੇ, ਤੁਸੀਂ ਸਾਰੇ ਆਪਦੀ ਲੜਾਈ ਵਿੱਚ ਪੈ ਗਏ? ਨਹੀਂ ਨਹੀਂ, ਮੇਰਾ ਤਾਂ ਦੇਖੋ ਅੱਜ ਵੀ ਅੰਮ੍ਰਿਤਸਰ 'ਚ ਹੈ ਔਰ ਤੁਸੀਂ ਇਹ ਦੇਖਿਆ ਹੋਏਗਾ ਕਿ ਮੈਂ ਤੇ ਆਪਣੇ ਹਲਕੇ ਦੇ ਅੰਦਰ 22 ਬੈੱਡ ਦਾ ਹਸਪਤਾਲ ਤਿਆਰ ਕਰਵਾਇਆ ਔਰ ਕੋਈ ਵੀ ਮੇਰੀ ਕੌਨਸਟੀਚੁਐਂਸੀ ਦਾ, ਮੈਂ ਆਪਣੀ ਗੱਲ ਕਰ ਰਿਹਾ ਇੱਕ ਹਲਕੇ ਤੋਂ ਸ਼ੁਰੂ ਕਰ ਰਿਹਾ, ਕੋਈ ਵਿਅਕਤੀ ਅੰਮ੍ਰਿਤਸਰ ਦਾ ਮੇਰੇ ਹਲਕੇ ਦਾ ਰਹਿਣ ਵਾਲਾ ਉਹਦਾ ਫ੍ਰੀ ਇਲਾਜ ਔਰ ਜਿਹੜਾ ਬੰਦਾ ਦਾਖਲ ਹੁੰਦਾ ਉਹਦੇ ਘਰ ਦੇ ਵਿੱਚ ਇੱਕ ਮਹੀਨੇ ਦਾ ਰਾਸ਼ਨ ਔਰ 2500 ਰੁਪਇਆ ਨਾਲ। ਕੱਲ ਵੀ ਮੈਂ ਵੰਡ ਕੇ ਆਇਆ, ਅੱਜ ਵੀ ਵੰਡਣ ਜਾ ਰਿਹਾ ਔਰ ਪਰਸੋਂ 7 ਦਿਨ ਪਹਿਲੇ ਵੀ ਵੰਡ ਕੇ ਆਇਆ। ਠੀਕ ਹੈ ਡਾਕਟਰ ਰਾਜਕੁਮਾਰ ਵੇਰਕਾ, ਵੈਸੇ ਬਹੁਤ ਘੱਟ ਮੈਂ ਮੌਕਾ ਦਿੰਦਾ ਕਿਸੇ ਗੈਸਟ ਨੂੰ ਆਪਣੇ ਆਖਰੀ ਜਿਹੜਾ ਇੰਟਰਵਿਊ ਖਤਮ ਹੋਣ 'ਤੇ ਵੇਲੇ ਕੋਈ ਸੁਨੇਹਾ ਦੇਣਾ ਹੋਵੇ ਤਾਂ। ਤੁਸੀਂ ਸਰ ਸ਼ਾਇਰ ਹੋ, ਲਿਖਤੇ ਬਹੁਤ ਸੋਹਣਾ ਹੋ ਤੁਸੀਂ, ਡਾਕਟਰ ਵੇਰਕਾ ਕੁਛ ਕਹਿਣਾ ਚਾਹੁੰਦੇ ਹੋ ਪੰਜਾਬ ਦੀ ਜਨਤਾ ਨੂੰ? ਮੈਂ ਪੰਜਾਬ ਦੀ ਜਨਤਾ ਨੂੰ ਇਹ ਗੱਲ ਕਹਿਣਾ ਚਾਹਾਂਗਾ ਕਿ ਜਿਹਨੂੰ ਕਹਿੰਦੇ ਨਾ ਕਿ ਸਾਨੂੰ ਸਾਰਿਆਂ ਨੂੰ ਹਿੰਮਤ ਦੇ ਨਾਲ ਕੰਮ ਲੈਣਾ ਚਾਹੀਦਾ ਹੈ। ਇਹ ਜਿਹੜਾ ਕਰੋਨਾ ਕਾਲ ਹੈਗਾ ਔਰ ਇਹ ਕਰੋਨਾ ਕਾਲ ਦੀ ਲੜਾਈ ਜਿਹੜੀ ਹੈ ਇਹ ਹਿੰਮਤ ਦੇ ਨਾਲ ਜਿੱਤੀ ਜਾ ਸਕਦੀ ਹੈ, ਦਿਲ ਹਾਰਿਆਂ ਦੇ ਨਾਲ ਨਹੀਂ ਜਿੱਤੀ ਜਾਂਦੀ। ਇੱਕੋ ਗੱਲ ਕਹਾਂਗਾ ਕਿ ਕੋਈ ਜ਼ਿੰਦਗੀ 'ਚ ਖੇਲੇ ਅੰਗਿਆਰਿਆਂ ਦੇ ਨਾਲ, ਕੋਈ ਖੇਡਦਾ ਏ ਠੰਡਿਆਂ ਫੁਹਾਰਿਆਂ ਦੇ ਨਾਲ, ਜੋ ਨੇ ਰੱਖਦੇ ਭਰੋਸਾ ਉਹਨੇ ਪੁੱਜਦੇ ਟਿਕਾਣੇ, ਕੋਈ ਨਹੀਂ ਪੁੱਜਦਾ ਟਿਕਾਣੇ ਦਿਲਾਂ ਹਾਰਿਆਂ ਦੇ ਨਾਲ। ਇਹ ਭਰੋਸਾ ਰੱਖ ਕੇ ਚੱਲੋ ਉੱਪਰ ਵਾਲੇ 'ਤੇ, ਇਹ ਦਿਨ ਫਿਰ ਜਲਦੀ ਆਉਣਗੇ। ਇਹ ਦਿਲਾ ਨਾ ਕਰ ਗਿਲਾ, ਗਰ ਤੁਝ ਪੇ ਗਮ ਕੀ ਰਾਤ ਹੈ, ਦਿਨ ਸਹੀ ਲੋਟ ਆਏਗੇ, ਬਸ 2-4 ਦਿਨ ਕੀ ਬਾਤ ਹੈ। ਚਲੋ ਬਹੁਤ ਧੰਨਵਾਦ ਡਾਕਟਰ ਰਾਜਕੁਮਾਰ ਵੇਰਕਾ, 2-4 ਦਿਨ ਦੀ ਗੱਲ ਹੀ ਹੋਵੇ ਤੁਹਾਡਾ ਜਿਹੜਾ ਕਾਂਗਰਸ ਦਾ ਗ੍ਰਹਿ ਕਲੇਸ਼ ਮੁੱਕੇ ਅਤੇ ਪੰਜਾਬ ਨੂੰ ਤੁਸੀਂ ਲੀਹ 'ਤੇ ਲੈ ਕੇ ਆ ਸਕੋ, ਜਿਹੜੇ ਵਾਅਦੇ ਕੀਤੇ ਆ ਪੰਜਾਬ ਦੇ ਲੋਕਾਂ ਦੇ ਨਾਲ ਉਹ ਪੂਰੇ ਕਰ ਸਕੋ। ਪਰ ਪੰਜਾਬ ਹਜੇ ਵੀ ਪੁੱਛ ਰਿਹਾ ਕਿ ਇਹ ਸਾਰੀ ਸਿਆਸੀ ਲੜਾਈ ਦੇ ਵਿੱਚ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਤਾਂ ਨਹੀਂ ਭਟਕਾਇਆ ਜਾ ਰਿਹਾ। ਇਹ ਸਾਰੇ ਸਵਾਲ ਡਾਕਟਰ ਰਾਜਕੁਮਾਰ ਵੇਰਕਾ ਨੂੰ ਅਸੀਂ ਕੀਤੇ। ਡਾਕਟਰ ਰਾਜਕੁਮਾਰ ਵੇਰਕਾ ਦਾ ਆਪਦਾ ਸਟਾਈਲ ਹੈ, ਆਪਦਾ ਅੰਦਾਜ਼ ਹੈ ਗੱਲਬਾਤ ਕਰਨ ਦਾ, ਆਪਦਾ ਤਰੀਕਾ ਉਹਨਾਂ ਦਾ ਜਵਾਬ ਦੇਣ ਦਾ, ਉਹ ਪੂਰੇ ਜਵਾਬ ਕਿੰਨੇ ਦਿੰਦੇ ਆ ਮੈਨੂੰ ਨਹੀਂ ਪਤਾ ਗਾ, ਤੁਸੀਂ ਸਾਰਿਆਂ ਨੇ ਸੁਣ ਲਿਆ। ਪਰ ਇੱਕ ਜਵਾਬ ਉਹਨਾਂ ਨੇ ਸਾਫ਼ ਕਹਿ ਦਿੱਤਾ, ਜੇ ਮੁੱਖ ਮੰਤਰੀ ਦਲਿਤ ਕੋਈ ਕਹੂਗਾ ਤਾਂ ਡਾਕਟਰ ਰਾਜਕੁਮਾਰ ਵੇਰਕਾ ਤਿਆਰ ਬੈਠੇ। ਬਹੁਤ ਧੰਨਵਾਦ।